वार दसवीं पौड़ी इक्कीवीं। गणका पापन होए कै पापा दा गल हार परोता, महापुरख अचान चक गणका वाड़े लाए खलोता। वाहिगुरु जी का खालसा, वाहिगुरु जी की फतेह। सो अगली जिहड़ी है इस इक्कीवीं पौड़ी दे विच गणका की साखी आउंदी है। गणका, सो गुरबाणी विच आउंदा गणका उधरी हर कहे तोत। कह लिए गणका उधर गई तोते दा कहिया होया मन, कहिया तोते दे नाल राम दा नाम जपदी होई गणका भी उधर गई। अगला शब्द आउंदा है गुरबाणी विच जा को सिमर, कहने जिन्हों सिमर के अजामल उधरियो, अजामल उधर गया गणका हु गत पाई। कहने गणका ने भी गत पा ली। सो इस तरह करके जड़ा है गणका जड़ी सीगी एक प्रोसीट्यूट सीगी। सो गणका जड़ा शब्द है ना, इहदा मीनिंग भी प्रोसीट्यूट है। गणका उस समय विच प्रोसीट्यूट नू गणका कहिंदे हुंदे सी, उन्हां दा जिवें एक शब्द मान लो भी एक वर्ड सी उन्हां वास्ते वरती जांदी सी। सो यह गणका जड़ी सीगी इहदा जड़ी गणका दी आपां गल कर रहे हां, इहदा नां सीगा जी चंद्रमणि, चंद्रमणि इहदा नां सीगा। सो यह जड़ी सीगी ना बहुत मशहूर बहुत फेमस प्रोसीट्यूट सीगी। सो इहदे कोल इहने बहुत ज़्यादा पैसा भी कमाया, इहदे कोल लोग भी जिहड़े बहुत सारे आया करदे सन। सो इहदा बिजनेस बहुत चंगा सीगा, बहुत लोगों ने आना ते इह सुंदर भी बहुत सीगी। सो इस तरह जिहड़ा है इहदा जिहड़ा कम चलदियां चलदियां की हुंदा है कि एक दिन गणका पापन होए कै, कहिंदे कि जिहड़ी गणका पापन होई है जिहड़ी पाप करन वाली है, ਇਹ ਪਾਪਣ ਹੋਏ ਕਹਿ ਪਾਪਾਂ ਦਾ ਗੱਲ ਹਾਰ ਪਰੋਤਾ। ਇਹਨੇ ਇੰਨੇ ਪਾਪ ਕੀਤੇ ਕਹਿੰਦੇ ਗਣਕਾ ਨੇ, ਮਤਲਬ ਕਿ ਪਾਪਾਂ ਦਾ ਇੱਕ ਹਾਰ ਇਹਦੇ ਗੱਲ ਵਿੱਚ ਸੀਗਾ। ਮਤਲਬ ਐਵਰੀਬੋਡੀ ਨੋਸ ਗਣਕ ਜਿਸ ਚੰਦਰ ਮੁਨੀ ਜਿਹੜੀ ਗਣਕਾ ਸੀਗੀ ਦੈਟ ਸ਼ੀ ਇਜ਼ ਅ ਪ੍ਰੋਸੀਟਿਊਟ। ਕਹਿੰਦੇ ਇੰਨਾ ਇਹਦੇ ਇਹਨੂੰ ਦੇਖ ਕੇ ਲੋਕਾਂ ਨੂੰ ਪਾਪ ਚੇਤੇ ਆ ਜਾਂਦੇ ਸੀਗੇ, ਤਾਂ ਹੀ ਕਹਿੰਦੇ ਹਾਰ ਪਰੋਤਾ। ਉਹਦਾ ਹਾਰੇ ਪਰੋਇਆ, ਕਿਉਂ ਹਾਰ ਆਪਾਂ ਬੰਦਾ ਕਿਉਂ ਪਾਉਂਦਾ ਹੈ? ਉਹਦਾ ਆਪਣੇ ਆਪ ਨੂੰ ਸੋਹਣਾ ਲਗਾਉਣ ਵਾਸਤੇ, ਆਪਣੇ ਆਪ ਨੂੰ ਸਜਾਉਣ ਵਾਸਤੇ। ਇਹਦੇ ਗਣਕਾ ਦੇ ਪਾਪ ਹੀ ਇਹਦਾ ਜਿਵਲ ਸੀਗੇ, ਜਿਵਲਰੀ ਇਹਦੀ ਕੀ ਸੀਗੀ? ਪਾਪ। ਸੋ ਕਹਿੰਦੇ ਪਾਪਾਂ ਦਾ ਗੱਲ ਹਾਰ ਪਰੋਤਾ, ਮਹਾਂਪੁਰਖ ਅਚਾਨ ਚੱਕ। ਇੱਕ ਦਿਨ ਕੀ ਹੁੰਦਾ, ਫਿਰ ਮੀਂਹ ਪਿਆ, ਹੁਣ ਮੀਂਹ ਪੈਂਦਾ ਹੈ ਨਾ, ਮੀਂਹ ਪਿਆ ਅਤੇ ਇੱਕ ਸਾਧ ਆਇਆ, ਮੀਂਹ 'ਚ ਭਿੱਜਿਆ ਹੋਇਆ, ਉਹਦੇ ਹੱਥ ਵਿੱਚ ਇੱਕ ਤੋਤੇ ਦਾ ਉਹ ਹੈ ਨਾ, ਆਪਣਾ ਕਿ ਕੇਜ, ਕੇਜ ਦੇ ਵਿੱਚ ਇੱਕ ਤੋਤਾ ਪਾਇਆ ਹੋਇਆ, ਪੈਰਟ, ਪੈਰਟ ਪਾਈ ਹੋਈ ਆ, ਉਹਨੇ ਹੱਥ 'ਚ ਚੱਕਿਆ ਹੋਇਆ। ਅਤੇ ਇਹਦੇ ਡਰਦੇ ਨਾ ਇਹਦੇ ਕੋਲ ਇਹਦੇ ਦਰਵਾਜ਼ੇ ਦੇ ਨਾਲ ਆ ਕੇ ਖੜ ਗਿਆ, ਕਿਉਂਕਿ ਮੀਂਹ ਬਹੁਤ ਪੈ ਰਿਹਾ। ਉਹ ਮੀਂਹ ਤੋਂ ਬਚਣ ਵਾਸਤੇ ਜਾਂ ਮੀਂਹ ਨੂੰ ਡੀਕਣ ਵਾਸਤੇ ਮੀਂਹ ਹਟ ਜਾਏਗਾ, ਇਹ ਅੰਦਰ ਖੜ ਗਿਆ ਜੀ ਆ ਕੇ ਦਰਵਾਜ਼ੇ ਦੇ ਕੋਲ। ਗਣਕਾ ਅੰਦਰ ਸੀਗੀ, ਜਦੋਂ ਗਣਕਾ ਨੂੰ ਖੜਕਾ ਸੁਣਿਆ, ਗਣਕਾ ਨੇ ਬਾਹਰ ਖੋਲ੍ਹਿਆ, ਦੇਖਿਆ ਸਾਧ ਖੜਾ, ਉਹਦੇ ਹੱਥ ਵਿੱਚ ਇੱਕ ਕੇਜ ਹੈ ਪੈਰਟ ਵਾਲਾ। ਉਹਨੇ ਕੀ ਕੀਤਾ, ਉਹ ਸਾਧ ਨੂੰ ਘਰ ਦੇ ਅੰਦਰ ਸੱਦ ਲਿਆ, ਕਹਿੰਦੀ ਤੁਸੀਂ ਇੱਧਰ ਆ ਜਾਓ, ਬਹਿ ਜਾਓ, ਜੋ ਮੀਂਹ ਹਟ ਗਿਆ ਉਦੋਂ ਚਲੇ ਜਾਇਓ। ਸੋ ਗਣਕਾ ਕੁਡਨ ਗਿਵ ਹਿਮ ਐਨੀਥਿੰਗ ਟੂ ਈਟ, ਬਿਕੋਜ਼ ਸਾਧ ਨੇ ਉਹਦੇ ਘਰ ਦਾ ਖਾਣਾ ਨਹੀਂ ਸੀਗਾ। ਹੁਣ ਪਤਾ ਸੀਗਾ ਵੀ ਪ੍ਰੋਸੀਟਿਊਟ ਆ, ਉਹ ਕੋਠਾ ਹੀ ਸੀਗਾ ਉਹ। ਸੋ ਨਹੀਂ ਉਹਨੇ ਖਾਣਾ ਸੀਗਾ, ਪਰ ਆ ਕੇ ਬਹਿ ਗਿਆ। ਉਹਨੇ ਕੀ ਕੀਤਾ, ਮੂਹਰੇ ਆ ਕੇ ਸੇਕ ਅੱਗ ਲਾ ਦਿੱਤੀ, ਬਹਿ ਗਿਆ। ਸੋ ਉਹਦੇ ਕੱਪੜੇ ਵੀ ਗਿੱਲੇ ਹੋਏ ਹੋਏ ਸਨ, ਸੁੱਕ ਗਏ। ਸੋ ਕੀ ਹੋਇਆ ਜੀ, ਉਸ ਵੇਲੇ ਗਣਕਾ ਵੜੇ ਆਏ ਖਲੋਤਾ, ਉਹ ਸਾਧ ਆ ਕੇ ਇਹਦੇ ਵਿਹੜੇ ਵਿੱਚ ਇਹਦੇ ਜਿਹੜਾ ਪੈਰੀਮੀਟਰ ਜਾਂ ਜੀ ਬੈਲਕਨੀ ਕੋਲ ਆ ਕੇ ਖੜ ਗਿਆ। ਕਹਿੰਦੇ ਦੁਰਮਤ ਦੇਖ ਦਿਆਲ ਹੋਏ। ਹੁਣ ਗਣਕਾ ਜਿਹੜੀ ਸੀਗੀ ਨਾ, ਇਹਦੇ ਮਨ ਵਿੱਚ ਇੱਕ ਗੱਲ ਆਈ, ਕਹਿਣ ਲੱਗੀ, ਪੁੱਛਣ ਲੱਗੀ ਉਹ ਸਾਧ ਨੂੰ, ਕਹਿੰਦੀ ਸੁਣਿਆ ਹੈ ਨਾ ਇਸਤਰੀ ਦਾ ਪਤੀ ਹੁੰਦਾ, ਕਿਉਂਕਿ ਉਸ ਸਮਿਆਂ ਵਿੱਚ ਇਹ ਜਿਹੜੀ ਗੱਲ ਮੰਨੀ ਜਾਂਦੀ ਸੀ ਨਾ, ਕਹਿੰਦੇ ਵੀ ਜਦੋਂ ਪਤਨੀ ਆਪਣੇ ਪਤੀ ਦੀ ਸੇਵਾ ਕਰਦੀ ਹੈ ਨਾ, ਪਤਨੀ ਦਾ ਉਧਾਰ ਉਹਦੇ ਪਤੀ ਦੀ ਸੇਵਾ ਵਿੱਚ ਹੈ। ਸੋ ਇਹਨੇ ਇੱਕ ਸਵਾਲ ਪੁੱਛਿਆ ਸਾਧ ਨੂੰ, ਕਹਿੰਦੀ ਦੇਖ ਸਾਧ, ਮੈਂ ਮੇਰੇ ਤਾਂ ਹਰ ਰੋਜ਼ 50 ਪਤੀ ਹੁੰਦੇ ਨੇ, ਮੇਰੇ ਕੋਲ ਤਾਂ 50 ਬੰਦੇ ਆਉਂਦੇ ਨੇ, ਹਾਂਜੀ, ਹੁਣ ਮੇਰਾ ਇੱਕ ਪਤੀ ਥੋੜ੍ਹਾ ਹੋਊਗਾ, ਮੇਰੇ ਤਾਂ ਰੋਜ਼ ਦੇ 50 ਪਤੀ ਹੈ, ਮੈਂ ਹੁਣ ਕਿਹਦੀ ਸੇਵਾ ਕਰਕੇ ਮੈਨੂੰ ਲਿਬਰੇਸ਼ਨ ਕਿਵੇਂ ਮਿਲੇਗਾ, ਮੈਨੂੰ ਮੁਕਤੀ ਕਿਵੇਂ ਮਿਲੇਗੀ, ਮੇਰਾ ਕਿਹੜੇ ਇੱਕ ਪਤੀ ਹੈ। ਸੋ ਇਹ ਗੱਲ ਸੁਣ ਕੇ ਨਾ ਉਹ ਸਾਧ ਦੇ ਮਨ ਵਿੱਚ ਕਹਿੰਦੇ ਤਰਸ ਆਇਆ, ਕਹਿੰਦੇ ਦੁਰਮਤ ਦੇਖ ਦਿਆਲ ਹੋਏ, ਦਿਆ ਦੇ ਘਰ ਵਿੱਚ ਆ ਗਿਆ ਜੀ ਉਹ ਸਾਧ। ਹੱਥੋਂ ਉਸਨੂੰ ਦੀ ਤੋੜ ਤੋਤਾ, ਉਹਦੇ ਹੱਥ ਵਿੱਚ ਤੋਤਾ ਸੀ ਨਾ, ਕੇਜ ਸੀਗਾ, ਉਹਨੇ ਉਹ ਤੋਤਾ ਜਿਹੜਾ ਹੈ ਗਣਕਾ ਨੂੰ ਫੜਾਇਆ, ਕਹਿੰਦਾ ਆਹ ਤੋਤਾ ਤੂੰ ਲੈ, ਆਹ ਮੈਂ ਤੈਨੂੰ ਤੋਤਾ ਦਿੰਦਾ ਹਾਂ, ਕੀ ਕਰਨਾ ਉਹ ਤੋਤੇ ਦੇ ਨਾਲ? ਉਹ ਕਹਿੰਦਾ ਰਾਮ ਨਾਮ ਉਪਦੇਸ਼ ਕਰ। ਉਹਨੇ ਸਾਧ ਨੇ ਕਿਹਾ ਗਣਕਾ ਤੂੰ ਇਹ ਤੋਤੇ ਨੂੰ ਨਾ ਰਾਮ ਦਾ ਨਾਮ ਜਪਾਉਣਾ, ਤੂੰ ਇਹਨੂੰ ਤੋਤੇ ਨੂੰ ਕਹਿਣਾ ਰਾਮ ਕਹਿ, ਰਾਮ ਕਹਿ। ਤੁਹਾਨੂੰ ਪਤਾ ਨਾ ਤੋਤਾ ਜੋ ਤੁਸੀਂ ਕਹੋਗੇ ਉਹ ਬੋਲੂਗਾ ਵਾਪਸ। ਉਹ ਕਹਿੰਦੇ ਤੁਸੀਂ ਇਹਨੂੰ ਬਹਿ ਕੇ ਤੂੰ ਇਹਨੂੰ ਰਾਮ ਦਾ ਰਟਨ ਕਰਾਉਣਾ, ਇਹ ਤੋਂ ਨਾਮ ਜਪਾਉਣਾ, ਤੋਤੇ ਤੋਂ ਨਾਮ ਜਪਾਉਣਾ।
ਸੋ ਕਹਿੰਦਾ ਖੇਲ ਗਿਆ ਦੇ ਵਣਜ ਸੌਤਾ, ਕਹਿੰਦੇ ਫਿਰ ਕੀ ਹੋਇਆ, ਕਹਿੰਦੇ ਖੇਲ ਗਿਆ, ਕਹਿੰਦੇ ਉੱਥੋਂ ਤਾਂ ਉਹ ਚਲਿਆ ਗਿਆ ਸਾਧ, ਪਰ ਉਹ ਕੇਜ ਜਿਹੜਾ ਸੀ ਤੋਤੇ ਦਾ ਗਣਕਾ ਨੂੰ ਦੇ ਕੇ ਚਲਿਆ ਗਿਆ। ਓਕੇ, ਹੁਣ ਕੀ ਹੁੰਦਾ ਹੈ, ਗਣਕਾ ਜਿਹੜੀ ਸੀਗੀ ਹੁਣ ਇਹਦੇ ਕੋਲ ਕੋਈ ਐਕਟੀਵਿਟੀ ਨਹੀਂ ਸੀ ਆਪਣੀ ਜ਼ਿੰਦਗੀ ਦੇ ਵਿੱਚ, ਸਿਰਫ ਇੱਕੇ ਕੰਮ ਸੀ ਇਹਦਾ, ਪ੍ਰੋਸਟੀਟਿਊਸ਼ਨ ਜਿਹੜਾ ਸੀਗਾ। ਸੋ ਇਹਨੂੰ ਹੁਣ ਇੱਕ ਨਵਾਂ ਕੰਮ ਮਿਲਿਆ, ਇਹ ਕਾਫੀ ਐਕਸਾਈਟਡ ਹੋਈ ਵੀ ਮੈਨੂੰ ਇੱਕ ਨਵਾਂ ਕੰਮ ਮਿਲਿਆ। ਇਹਨੇ ਕੀ ਕਰਨਾ, ਕਹਿੰਦੇ ਲਿਵ ਲਾਗੇ ਤੇ ਤੋਤੇ ਹੋ, ਇਹਨੇ ਕੀ ਕਰਨਾ ਤੋਤੇ ਕੋਲ ਬਹਿ ਕੇ ਤੋਤੇ ਦਾ ਨਾਂ ਰੱਖਤਾ ਗੰਗਾ ਰਾਮ, ਇਹਨੇ ਉਹਦਾ ਨਾਂ ਤੋਤੇ ਦਾ ਰੱਖਤਾ ਗੰਗਾ ਰਾਮ। ਇਹ ਕੋਲੇ ਬਹਿ ਕੇ ਕਹਿੰਦੀ ਆ ਗੰਗਾ ਰਾਮ ਕਹੋ ਰਾਮ 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 ਰਾਮ, ਹਰ ਰੋਜ਼ ਇਹਨੇ ਕੋਲੇ ਬਹਿ ਕੇ ਉਹਦੇ ਕੋਲ ਕਹਿਣਾ ਗੰਗਾ ਰਾਮ ਕਹੋ ਰਾਮ 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 ਰਾਮ। ਸੋ ਇਸ ਤਰ੍ਹਾਂ ਦਾ ਜਿਹੜਾ ਰਟਨ ਇਹਨੇ ਲਾ ਲਿਆ। ਕੀ ਹੋਇਆ, ਸ਼ਾਮ ਨੂੰ ਲੱਗ ਜਾਂਦੀ ਆ, ਸਵੇਰੇ ਉੱਠ ਕੇ ਅੰਮ੍ਰਿਤ ਵੇਲੇ ਫਿਰ ਉਹਨੂੰ ਉਠਾਉਂਦੀ ਆ, ਤੋਤੇ ਨੂੰ ਉਠਾ ਕੇ ਨਹਾ ਕੇ ਆਪ ਨਹਾ ਕੇ ਉਹਦਾ ਕੇਜ ਸਾਫ ਕਰਕੇ ਉਹਨੂੰ ਕੋਲੇ ਬਿਠਾ ਕੇ ਕਹਿੰਦੇ ਆ ਗੰਗਾ ਰਾਮ ਕਹੋ ਰਾਮ 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 ਕਰਨ ਲੱਗ ਗਈ ਜੀ। ਘੰਟੇ ਵਧੀ ਜੀ, ਰਾਮ 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 ਕਰੀ ਜਾਂਦੀ ਆ ਤੋਤੇ ਦੇ ਨਾਲ, ਤੋਤਾ ਵੀ ਰਾਮ ਰਾਮ ਕਹੀ ਜਾਂਦਾ, ਇੱਕ ਵਾਰੀ ਇਹ ਕਹਿੰਦੀ ਇੱਕ ਵਾਰੀ ਤੋਤਾ ਕਹਿ ਦਿੰਦਾ ਰਾਮ। ਸੋ ਇਹਨਾਂ ਦਾ ਦੋਵਾਂ ਦਾ ਜੀ ਲੱਗਿਆ ਹੋਇਆ, ਦੋਵੇਂ ਰਾਮ ਰਾਮ ਕਰਨ ਲੱਗੇ ਹੋਏ ਹਨ। ਕਹਿੰਦੇ ਲਿਵ ਲਾ ਗਈ ਤੇ ਤੋਤੇ ਹੋ, ਕਹਿੰਦੇ ਤੋਤੇ ਦੇ ਕਰਕੇ ਤੋਤੇ ਨੂੰ ਪੜਾਉਣ ਕਰਕੇ ਇਹਦੀ ਵੀ ਲਿਵ ਜੁੜ ਗਈ। ਹੁਣ ਦੇਖੋ ਉਹ ਸਾਧ ਨੇ ਕਿੰਨਾ ਚੰਗਾ ਮਹੱਤਵ ਵਰਤਿਆ, ਕਿਉਂਕਿ ਬੰਦਾ ਜਿਹੜਾ ਹੈ ਨਾ ਇਹ ਸਿਖਾ ਕੇ ਖੁਸ਼ ਆ, ਸਿੱਖ ਕੇ ਖੁਸ਼ ਨਹੀਂ ਹੈ। ਆਦਤ ਬੰਦੇ ਦੀ ਇਹੀ ਹੈ ਨਾ, ਉਹ ਸਿਖਾ ਕੇ ਬਹੁਤ ਖੁਸ਼ ਆ, ਹਰ ਇੱਕ ਬੰਦਾ ਸਿਖਾਉਣਾ ਚਾਹੁੰਦਾ। ਤੁਸੀਂ ਇੱਕ ਛੋਟਾ ਜਿਹਾ ਬੱਚਾ ਦੇਖ ਲਓ, ਜੋ ਕੰਮ ਕਰਦਾ ਹੋਵੇ ਤੁਸੀਂ ਪੁੱਛੋ ਤੂੰ ਕੀ ਕਰਦਾ, ਉਹ ਤੁਹਾਨੂੰ ਸਿਖਾਉਣਾ ਸ਼ੁਰੂ ਕਰ ਦਿੰਦਾ ਵੀ ਮੈਂ ਐਂ ਕਰਦਾ ਮੈਂ ਐਂ ਕਰਦਾ। ਬੰਦੇ ਨੂੰ ਬੜਾ ਚਾਅ ਹੁੰਦਾ, ਬੱਚੇ ਜਿਹੜੇ ਛੋਟੇ ਹੁੰਦੇ ਹਰ ਇੱਕ ਦੀ ਐਂਬੀਸ਼ਨ ਤਾਂ ਟੀਚਰ ਤੋਂ ਹੀ ਹੁੰਦੀ ਹੈ। ਆਈ ਵਾਂਟ ਬਿਕਮ ਟੀਚਰ, ਕਿਉਂ, ਕਿਉਂਕਿ ਉਹਨੂੰ ਚਾਅ ਉੱਠਦਾ ਵੀ ਜਿਵੇਂ ਟੀਚਰ ਮੈਨੂੰ ਸਿਖਾਉਂਦੀ ਹੈ ਮੈਂ ਗਾਣੂ ਮੈਂ ਵੀ ਸਿਖਾਇਆ ਕਰਾਂਗਾ। ਹਾਂਜੀ, ਆਪਾਂ ਸਿਖਾਉਂਦੇ ਹਾਂ ਨਾ, ਇਸੇ ਕਰਕੇ ਜਦੋਂ ਆਪਣੇ ਆਲੇ ਦੁਆਲੇ ਬੰਦੇ ਮੁੱਕ ਜਾਂਦੇ ਫਿਰ ਬੰਦੇ ਕੁੱਤੇ ਬਿੱਲਿਆਂ ਨੂੰ ਸਿਖਾਉਣਾ ਸ਼ੁਰੂ ਕਰ ਦਿੰਦੇ। ਹਾਂਜੀ, ਫਿਰ ਉਹ ਕਹਿੰਦੇ ਕੋਈ ਕੁੱਤਾ ਹੀ ਰੱਖ ਲਈ ਇਹਨੂੰ ਸਿਖਾਈ ਜਾਈਏ, ਜਦੋਂ ਕੋਈ ਨਾ ਹੋਵੇ ਕੋਲੇ। ਹਾਂਜੀ, ਫਿਰ ਉਹ ਕੁੱਤੇ ਨੂੰ ਕਹਿ ਦਿੰਦੇ ਸਿਟ ਡਾਊਨ, ਵੇਕ ਅਪ, ਦਿਸ ਵਨ, ਦੈਟ ਵਨ, ਗੋ ਐਂਡ ਗੈਟ ਦਿਸ, ਗੈਟ ਦੈਟ, ਹੈ ਨਾ। ਫਿਰ ਉਹ ਕੁੱਤਾ ਚਲਾਈ ਜਾਂਦਾ, ਗੱਲ ਮੰਨ ਕੇ ਵਿਚਾਰਾ ਆ ਜਾਂਦਾ, ਫਿਰ ਬੰਦਾ ਖੁਸ਼ ਹੋ ਜਾਂਦਾ, ਵੈਰੀ ਗੁੱਡ ਗੁੱਡ ਡੋਗ। ਹਾਂਜੀ, ਸੋ ਇਸ ਤਰ੍ਹਾਂ ਦਾ ਬੰਦੇ ਦੀ ਆਦਤ ਹੈ। ਸੋ ਦੇਖੋ ਉਹ ਸਾਧ ਨੇ ਕਿੰਨੀ ਸੋਹਣੀ ਸਾਈਕੋਲੋਜੀ ਵਰਤੀ, ਉਹ ਕਹਿੰਦੇ ਤੂੰ ਇਹਨੂੰ ਜਪਾਉਣਾ ਹੈ ਰਾਮ, ਪਰ ਨਾਮ ਨਾਲ ਨਾਲ ਗਣਕਾ ਵੀ ਜਪੀ ਜਾਂਦੀ ਹੈ। ਸੋ ਇਸ ਤਰ੍ਹਾਂ ਕਰਕੇ ਜਦੋਂ ਉਹ ਰਟਣ ਲੱਗਿਆ ਨਾ, ਕਹਿੰਦੇ ਲਿਵ ਲਾ ਗਈ ਤੇ ਨਿੱਤ ਪੜ੍ਹਦੇ ਕਰੇ ਅਸੋਤਾ, ਕਹਿੰਦੇ ਨਿੱਤ ਪੜ੍ਹਨ ਲੱਗ ਗਏ ਜਾਗ ਕੇ। ਹਾਂਜੀ, ਜਾਗ ਕੇ ਉਹਨੂੰ ਵੀ ਜਗਾਉਣਾ, ਆਪ ਜਗਾਉਣਾ, ਐਨ ਕੌਨਸ਼ੀਅਸ ਅਵਸਥਾ 'ਚ ਬਹਿ ਕੇ ਰਾਮ ਜਪਾਉਣਾ ਜੀ, ਰਾਮ ਜਪਾਉਣਾ ਜੀ। ਪਤਤ ਉਧਾਰਨ ਰਾਮ ਨਾਮ, ਕਹਿੰਦੇ ਰਾਮ ਨਾਮ ਕੀ ਹੈ, ਇਹ ਪਤਤਾ ਨੂੰ ਉਧਾਰ ਦਿੰਦਾ, ਵੱਡੇ ਵੱਡੇ ਪਾਪਿਆਂ ਨੂੰ ਉਤਾਰ ਦਿੰਦਾ ਹੈ। ਦੁਰਮੁਤ ਪਾਪ ਕਲੇਵਰ ਧੋਤਾ, ਕਹਿੰਦੇ ਜਿੰਨੇ ਵੀ ਸਰੀਰ ਦੇ, ਕਲੇਵਰ ਵੀ ਸਰੀਰ ਦੇ ਜਿੰਨੇ ਵੀ ਪਾਪ ਹੁੰਦੇ ਹਨ, ਇਹ ਜਿਹੜਾ ਰਾਮ ਦਾ ਨਾਮ ਉਹਨਾਂ ਨੂੰ ਧੋ ਦਿੰਦਾ, ਉਹਨਾਂ ਨੂੰ ਸਾਫ਼ ਕਰ ਦਿੰਦਾ ਹੈ। ਇਹਦੇ ਵਿੱਚ ਇਹ ਪਾਵਰ ਹੈ ਪਰਮੇਸ਼ਰ ਦੇ ਨਾਮ ਦੇ ਵਿੱਚ। ਕਹਿੰਦੇ ਦੇਖੋ ਇੱਥੇ ਜਿਹੜਾ ਹੈ ਅੰਤਕਾਲ ਜਮ ਜਾਲ ਤੋੜ, ਕੀ ਹੋਇਆ, ਕਹਿੰਦੇ ਇੱਕ ਦਿਨ ਦੀ ਗੱਲ ਹੈ, ਕਾਫ਼ੀ ਸਮਾਂ ਹੋ ਗਿਆ, ਕਾਫ਼ੀ ਸਾਲ ਹੋ ਗਏ ਗਣਕਾਂ ਨੂੰ ਰਾਮ ਰਾਮ ਕਹਿੰਦਿਆਂ ਹੋਇਆਂ। ਹੁਣ ਹੌਲੀ ਹੌਲੀ ਨਾ ਗਣਕਾ ਚੇਂਜ ਹੋ ਰਹੀ ਹੈ, ਇਹਨੂੰ ਆਪਣਾ ਪ੍ਰੋਸਟੀਟਿਊਸ਼ਨ ਦਾ ਕੰਮ ਚੰਗਾ ਨਹੀਂ ਲੱਗਦਾ, ਨਾਮ ਜਪਣ ਲੱਗ ਗਈ। ਹੌਲੀ ਹੌਲੀ ਇਹਨੇ ਉਹ ਕੰਮ ਛੱਡਣਾ ਸ਼ੁਰੂ ਕਰਤਾ, ਕਿਉਂਕਿ ਪੈਸੇ ਤਾਂ ਬਣ ਗਏ ਜਿਹੜੇ ਬਣਨੇ ਸੀਗੇ, ਉਹਦੇ ਨਾਲ ਇਹ ਸੇਵਾ ਕਰਨੀ ਸ਼ੁਰੂ ਕਰਤੀ, ਗਰੀਬਾਂ ਨੂੰ ਜਾ ਕੇ ਦਾਨ ਕਰਨਾ ਸ਼ੁਰੂ ਕਰਤਾ, ਕੋਈ ਆਸ਼ਰਮ ਜਾ ਕੇ ਸੇਵਾ ਕਰਦੀ ਹੈ, ਇਸ ਤਰ੍ਹਾਂ ਕਰਨ ਲੱਗ ਪਈ। ਇੱਕ ਦਿਨ ਦੀ ਗੱਲ ਹੈ ਕਿ ਹੁਣ ਇਹਦਾ ਜੀਵਨ ਬਿਲਕੁਲ ਸੁਧਰ ਗਿਆ, ਇਹਨੂੰ ਇਹ ਪ੍ਰੋਸਟੀਟਿਊਸ਼ਨ ਬਿਲਕੁਲ ਇਹਨੇ ਛੱਡ ਦਿੱਤਾ, ਹੈ ਨਾ। ਇਹਦਾ ਜੀ ਨਹੀਂ ਕਰਦਾ ਭੈੜੇ ਕੰਮ ਸੋਚ ਕੇ ਵੀ, ਇਹਨੂੰ ਲੱਗਦਾ ਵੀ ਨਾ ਸਮਥਿੰਗ ਰੋਂਗ। ਦੇਖੋ ਨਾ, ਜੇ ਆਪਣਾ ਝੱਗਾ ਸਾਫ਼ ਹੋਵੇ ਨਾ, ਇੱਕ ਦਾਗ ਲੱਗਿਆ ਵੀ ਦਿਸਦਾ ਹੈ, ਜੇ ਪੂਰਾ ਝੱਗਾ ਹੀ ਕਾਲਾ ਹੋਵੇ ਫਿਰ ਕਿਹਨੂੰ ਪਤਾ ਲੱਗਣਾ ਕਿਹੜਾ ਦਾਗ ਹੈ, ਹੈ ਨਾ। ਯੂ ਕੈਨ ਸੀ, ਉਹ ਹਾਲਤ ਹੋ ਜਾਂਦੀ ਹੈ ਨਾ। ਸੋ ਇਹਨੇ ਕੀ ਕੀਤਾ, ਇੱਕ ਦਿਨ ਸਵੇਰੇ ਅੰਮ੍ਰਿਤ ਵੇਲੇ ਹਰ ਰੋਜ਼ ਉੱਠਦੀ ਹੈ, ਹਨੇਰਾ ਹੋਇਆ ਹੋਇਆ ਸੀ ਉਸ ਦਿਨ, ਬਹੁਤ ਜ਼ਿਆਦਾ ਗਰਮੀਆਂ ਵਾਲੇ ਦਿਨ ਸੀਗੇ, ਬਹੁਤ ਹਨੇਰਾ ਸੀਗਾ ਆਕਾਸ਼ ਵਿੱਚ। ਸੋ ਇਹ ਸਵੇਰੇ ਉੱਠ ਕੇ ਇਹ ਹਮੇਸ਼ਾ ਪਹਿਲੀ ਅੱਖ ਜਦੋਂ ਖੁੱਲ੍ਹਦੀ, ਇਹ ਕਹਿੰਦੇ ਗੰਗਾ ਰਾਮ ਕਹੋ ਰਾਮ ਰਾਮ, ਇਹ ਕਹੀ ਜਾਂਦੀ ਆ, ਅੱਜ ਤੋਤਾ ਨਹੀਂ ਬੋਲਦਾ। ਫਿਰ ਇਹਨੇ ਕਿਹਾ ਗੰਗਾ ਰਾਮ ਕਹੋ ਰਾਮ 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 ਰਾਮ, ਤੋਤਾ ਨਹੀਂ ਬੋਲਦਾ। ਕਈ ਵਾਰੀ ਇਹਨੇ ਕਿਹਾ ਨਹੀਂ ਉੱਠ ਨਹੀਂ ਬੋਲਿਆ, ਉਹਨੇ ਕੀ ਕੀਤਾ, ਉਹਦਾ ਕੇਸ ਦਾ ਜਿਹੜਾ ਡੋ ਸੀ ਨਾ ਉਹ ਖੋਲ੍ਹ ਕੇ ਆਪਣਾ ਹੱਥ ਵਿੱਚ ਪਾਇਆ, ਹੱਥ ਪਾ ਕੇ ਉਹਨੂੰ ਹਿਲਾਉਣਾ ਵੀ ਸੁੱਤਾ ਪਿਆ ਹੋਣਾ ਹਿਲਾ ਦੇਵਾਂ, ਪਰ ਇਹਨੂੰ ਇਹ ਨਹੀਂ ਪਤਾ ਸੀਗਾ ਇੱਕ ਛੋਟਾ ਜਿਹਾ ਸੱਪ ਇਹਦੇ ਘਰ 'ਚ ਵੜ ਗਿਆ, ਉਹਨੇ ਜਾ ਕੇ ਤੋਤੇ ਦੇ ਡੰਗ ਮਾਰਤਾ, ਤੋਤਾ ਮਰ ਗਿਆ। ਅਤੇ ਉਹ ਸੱਪ ਹਜੇ ਉਹ ਕੇਜ ਵਿੱਚ ਬੈਠਾ ਸੀ, ਇਹਨੇ ਜਦੋਂ ਜਾ ਕੇ ਤੋਤੇ ਨੂੰ ਛੇੜਨਾ ਚਾਹਿਆ, ਇਹਨੇ ਜਾ ਕੇ ਸੱਪ ਨੂੰ ਛੇੜ ਦਿੱਤਾ, ਉਸ ਹਨੇਰਾ ਸੀਗਾ, ਉਸ ਸੱਪ ਨੇ ਇਹਦੇ ਹੱਥ 'ਤੇ ਡੰਗ ਮਾਰਤਾ। ਸੋ ਡੰਗ ਮਾਰਿਆ, ਗਣਕਾ ਨੂੰ ਜਿਹੜਾ ਹੈ ਉਹ ਜ਼ਹਿਰ ਚੜ ਗਈ, ਉਹ ਵੀ ਮਰ ਗਈ। ਸੋ ਉਹ ਭਾਈ ਗੁਰਦਾਸ ਜੀ ਦੱਸਦੇ, ਕਹਿੰਦੇ ਅੰਤਕਾਲ ਜਮ ਜਾਲ ਤੋੜ, ਹੁਣ ਕਿਹੋ ਪਾਪਣ ਸੀਗੀ, ਇੰਨੇ ਪਾਪ ਜ਼ਿੰਦਗੀ ਵਿੱਚ ਕੀਤੇ, ਪੁੰਨ ਤਾਂ ਥੋੜ੍ਹੇ ਕੀਤੇ ਪਰ ਪਾਪ ਬਹੁਤ ਜ਼ਿਆਦਾ ਸੀ,
ਕਹਿੰਦੇ ਅੰਤਕਾਲ ਜਮ ਜਾਲ ਤੋੜ, ਕਹਿਣਗੇ ਅੰਤਕਾਲ ਜਮਾਂ ਦਾ ਜਾਲ ਤੋੜ ਕੇ ਨਰਕੇ ਵਿੱਚ ਨਾ ਖਾਧ ਗੋਤਾ, ਇਹਨੂੰ ਨਰਕਾਂ ਵਿੱਚ ਨਹੀਂ ਫਿਰ ਲੈ ਕੇ ਗਏ ਗਣਕਾਂ ਨੂੰ, ਇਹਨੇ ਫਿਰ ਗੋਤੇ ਨਹੀਂ ਖਾਧੇ 14 ਨਰਕਾਂ ਦੇ ਵਿੱਚ, ਇਹਨੇ ਜਿਹੜਾ ਹੈ ਇਹਨੇ ਸਜ਼ਾ ਨਹੀਂ, ਪਨਿਸ਼ਮੈਂਟ ਇਹਨੂੰ ਨਹੀਂ ਹੋਇਆ। ਅਤੇ ਕਹਿੰਦੇ ਗਈ ਬੈਕੁੰਠ ਬੇਬਾਨ ਚੜ੍ਹ, ਕਹਿਣਗੇ ਬੈਕੁੰਠ ਨੂੰ ਗਈ, ਸੱਚ ਖੰਡ ਨੂੰ ਇਹ ਬੇਬਾਨ ਪਾਲਕੀ 'ਤੇ ਚੜ੍ਹ ਕੇ ਗਈ ਉੱਤੇ ਨੂੰ ਸਤਿਕਾਰ ਦੇ ਨਾਲ। ਨਾਉ ਨਾਰਾਇਣ ਸ਼ੋਤ ਅਸ਼ੋਤਾ, ਕਹਿਣਗੇ ਨਾਰਾਇਣ ਦਾ ਨਾਮ, ਪਰਮੇਸ਼ਰ ਦਾ ਨਾਮ ਐਸਾ ਹੈ ਜੋ ਸ਼ੋਤ ਨੂੰ ਅਸ਼ੋਤ ਕਰ ਦਿੰਦਾ, ਮੈਲਿਆਂ ਨੂੰ ਵੀ ਪਵਿੱਤਰ ਕਰ ਦਿੰਦਾ ਹੈ, ਗੰਦਿਆਂ ਨੂੰ ਵੀ ਉੱਜਲ ਕਰ ਦਿੰਦਾ, ਐਸਾ ਪਰਮੇਸ਼ਰ ਦਾ ਨਾਮ ਹੈ। ਕਹਿੰਦੇ ਥਾਓ ਨਿਥਾਵੈ ਮਾਨ ਮਨੋਤਾ, ਐਸਾ ਕਹਿੰਦੇ ਥਾਓ ਨਿਥਾਵੈ, ਜਿਹਦੇ ਕੋਲ ਕੋਈ ਵੀ ਥਾਂ ਨਾ ਹੋਵੇ, ਜਿਹਦਾ ਆਪਣਾ ਕੋਈ ਨਾ ਹੋਵੇ, ਜਿਹਦਾ ਕੋਈ ਚੰਗਿਆਈ ਨਾ ਹੋਵੇ, ਉਹਦੇ ਵਾਸਤੇ ਰਾਮ ਨਾਮ ਬਿਕਮਸ ਐਵਰੀਥਿੰਗ। ਨਾਓ ਦਿਸ ਇਜ਼ ਵਨ ਪੁਆਇੰਟ ਦੈਟ ਵੀ ਮਸਟ ਰਿਮੈਂਬਰ, ਜੇ ਆਪਣੇ ਕਿਸੇ ਚੰਗਿਆਈ ਹੈ ਨਹੀਂ ਨਾ, ਯੂ ਡੋਂਟ ਹੈਵ ਐਨੀ ਗੁੱਡਨੈਸ, ਯੂ ਡੋਂਟ ਹੈਵ ਵਰਚੂਜ, ਯੂ ਡੋਂਟ ਹੈਵ ਨੌਲੇਜ, ਯੂ ਡੋਂਟ ਹੈਵ ਐਨੀਥਿੰਗ, ਯੂ ਡੋਂਟ ਹੈਵ ਸੇਵਾ, ਯੂ ਡੋਂਟ ਹੈਵ ਸਿਮਰਨ, ਯੂ ਹੈਵ ਨਥਿੰਗ। ਬਟ ਰਿਮੈਂਬਰ ਵਨ ਥਿੰਗ, ਨਾਮ ਹੈਵ ਐਵਰੀਥਿੰਗ। ਇਫ ਯੂ ਡੋਂਟ ਹੈਵ ਇਟ, ਵਾਂਟਸ ਯੂ ਅੰਬਰੇਸ ਨਾਮ ਨਾ, ਜੋ ਤੁਸੀਂ ਨਾਮ ਨੂੰ ਅਡੋਪਟ ਕਰ ਲੈਂਦੇ ਹੋ ਆਪਣੀ ਜ਼ਿੰਦਗੀ ਵਿੱਚ, ਅੰਬਰੇਸ ਕਰ ਲੈਂਦੇ, ਜੋ ਤੁਸੀਂ ਉਹ ਨਾਮ ਨੂੰ ਲੈ ਲੈਂਦੇ ਨਾ, ਉਹ ਸਾਰੇ ਗੁਣ ਤੁਹਾਡੇ ਵਿੱਚ ਆ ਜਾਂਦੇ ਆ। ਜਸਟ ਵਨ ਨੇਮ ਹੈਵ ਐਵਰੀਥਿੰਗ ਵਿੱਚ ਯੂ ਕੈਨੋਟ ਅਰਨ ਇਨ ਯੋਰ ਲਾਈਫ, ਇਫ ਯੂ ਵਾਂਟ ਟੂ ਈਵਨ ਅਰਨ ਇਟ ਕੈਨੋਟ। ਨਾਮ ਦੇ ਵਿੱਚ ਸਭ ਕੁਝ ਹੈ। ਸੀ ਆ ਦਿਸ ਪੁਆਇੰਟ, ਯੂ ਜਿਹੜਾ ਥੋੜ੍ਹਾ ਗੌਰ ਨਾਲ ਇਹਨੂੰ ਸੋਚਿਓ, ਥਾਓ ਨਿਥਾਵੈ ਨਾ, ਨਾਮ ਹੈਵ ਐਵਰੀਥਿੰਗ। ਸੋ ਵੈਨ ਯੂ ਸੇ ਵਾਹਿਗੁਰੂ, ਯੂ ਡੋਂਟ ਹੈਵ ਟੂ ਈਵਨ ਥਿੰਕ ਦੈਟ ਮੈਂ ਇਹ ਹਾਂ, ਮੈਂ ਉਹ ਹਾਂ, ਯਾ ਯੂ ਡੋਂਟ ਹੈਵ ਐਨੀਥਿੰਗ, ਬਟ ਨਾਮ ਹੈਜ਼ ਐਵਰੀਥਿੰਗ, ਐਂਡ ਨਾਮ ਹੈਜ਼ ਦਾ ਐਬਿਲਿਟੀ ਟੂ ਮੇਕ ਯੂ ਐਵਰੀਥਿੰਗ। ਸੋ ਕਹਿੰਦੇ ਨਾਉ ਨਿਥਾਵੈ ਮਾਣ ਮਨੋਤਾ, ਐਸਾ ਜਿਹੜਾ ਪਰਮੇਸ਼ੁਰ ਦਾ ਨਾਮ ਹੈ, ਕਹਿੰਦੇ ਕਿ ਨਿਮਾਣਿਆਂ ਨੂੰ ਮਾਣ ਦੇਣ ਵਾਲਾ ਹੈ, ਜਿਹਨਾਂ ਨੂੰ ਕੋਈ ਨਹੀਂ ਜਾਣਦਾ। ਜੇ ਗਣਕਾ ਨਾਂ ਨਾਮ ਜਪਦੀ, ਅੱਜ ਉਹਦਾ ਨਾਂ ਗੁਰਬਾਣੀ ਵਿੱਚ ਆਉਣਾ ਸੀ, ਅੱਜ ਭਾਈ ਗੁਰਦਾਸ ਦੀ ਵਾਰ ਆਪਾਂ ਪੜ੍ਹਦੇ ਹੋਣਾ ਸੀ, ਕਿੰਨੀਆਂ ਪ੍ਰੋਸੀਟਿਊਟ ਆਈਆਂ, ਕਿੰਨੀਆਂ ਮਰ ਗਈਆਂ, ਕਿਹਨੂੰ ਪਤਾ ਕੌਣ ਸੀਗੀਆਂ। ਪਰ ਇੱਕ ਗਣਕਾ ਨੂੰ ਆਪਾਂ ਅਜੇ ਵੀ, ਆਪਾਂ ਜਦੋਂ ਵੀ ਗੁਰਬਾਣੀ ਪੜ੍ਹਾਂਗੇ ਇਹਦਾ ਨਾਂ ਲਵਾਂਗੇ ਨਾ, ਫਿਰ ਵੀ ਇਹ ਚੇਤੇ ਆਉਂਦੀ ਹੈ ਨਾ, ਇਹਨੇ ਕੁਛ ਕੀਤਾ ਹੈ ਕਿਉਂਕਿ ਨਾਮ ਜਪਿਆ। ਸੋ ਇਹ ਜਿਹੜੀ ਗਣਕਾ ਹੈ, ਇਹਨੇ ਨਾਮ ਜਪ ਕੇ ਆਪਣੇ ਸਾਰੇ ਪਾਪਾਂ ਨੂੰ ਧੋ ਦਿੱਤਾ, ਹਾਂਜੀ। ਸੋ ਇਸ ਤਰ੍ਹਾਂ ਦਾ ਜੀਵਨ ਹੋਣਾ ਚਾਹੀਦਾ। ਸੋ ਦੇਖੋ ਇੱਥੇ ਨਾਮ ਦੀ ਵਡਿਆਈ ਹੈ, ਅਤੇ ਦੇਖੋ ਇਹ ਦਸਵੀਂ ਵਾਰ ਜਿਹੜੀ ਹੈ ਨਾ, ਵੈਰੀ ਇੰਪੋਰਟੈਂਟ ਹੈ। ਤੁਸੀਂ ਜੇ ਪੁਰਾਣੇ ਗੁਟਕੇ ਦੇਖੋ ਨਾ, ਹੈਂਡ ਰਿਟਨ ਗੁਟਕੇ ਜਿਹੜੇ ਹਨ ਗੁਰੂ ਮਹਾਰਾਜ ਦੇ ਸਮਿਆਂ ਦੇ ਗੁਟਕੇ, ਜਿਹੜੇ ਦ ਟਾਈਮਸ ਆਫ ਗੁਰੂ ਹਿਮਸੈਲਫ, ਇੱਕ ਪਰਮ ਸਿੰਘ ਦਾ ਗੁਟਕਾ ਜਿਹੜਾ ਆਪਾਂ ਦੇਖਿਆ ਸੀ ਨਾ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨਿਤਨੇਮ ਸੁਣਾਉਂਦੇ ਹੁੰਦੇ ਸੀ, ਭਾਈ ਪਰਮ ਸਿੰਘ, ਗੁਰੂ ਗੋਬਿੰਦ ਸਿੰਘ, ਉਹ ਗੁਟਕੇ ਦੇ ਵਿੱਚ ਵੀ ਵਾਰ ਨੰਬਰ 10 ਆਉਂਦੀ ਹੈ। ਦੇਖੋ ਗੁਰਸਿੱਖਾਂ ਦਾ ਜੀਵਨ ਐਸਾ ਸੀ ਨਾ ਉਹ ਟਾਈਮ 'ਤੇ, ਉਹਨਾਂ ਦੇ ਗੁਟਕਿਆਂ ਵਿੱਚ ਭਾਈ ਗੁਰਦਾਸ ਦੀ ਦਸਵੀਂ ਵਾਰ ਦਾ ਨਿਤਨੇਮ ਹੁੰਦਾ ਸੀ, ਉਹ ਵਾਰ ਦਾ ਨਿਤਨੇਮ ਕਰਿਆ ਕਰਦੇ ਸਨ। ਭਾਈ ਗੁਰਦਾਸ ਦੀ ਵਾਰ ਵਾਸ ਰੈਸਪੈਕਟਡ ਨਥਿੰਗ ਲੈਸ ਦੈਨ ਗੁਰਬਾਣੀ, ਇੰਨਾ ਰੈਸਪੈਕਟ ਹੋਇਆ ਕਰਦਾ ਸੀ ਉਹ ਗੁਰਸਿੱਖ ਵਾਸਤੇ। ਭਾਈ ਗੁਰਦਾਸ ਦਾ ਜਿਹੜੀ ਬਾਣੀ ਹੈ ਇੱਕ ਗੁਟਕਾ ਸੀ, ਦੈਟ ਮਚ ਦੇ ਰੈਸਪੈਕਟ। ਸੋ ਇਹ ਗੱਲ ਨੂੰ ਆਪਾਂ ਕਿਤੇ ਵੀ ਨਾ ਭੁੱਲੀਏ, ਗੁਰਸਿੱਖਾਂ ਨੇ ਇਹ ਚੀਜ਼ਾਂ ਨੂੰ ਵਾਰ ਵਾਰ ਪੜ੍ਹਿਆ ਆਪਣੇ ਮਨ ਨੂੰ ਸਮਝਾਉਣ ਵਾਸਤੇ। ਸੋ ਇਹ ਉਪਦੇਸ਼ ਬਹੁਤ ਇੰਪੋਰਟੈਂਟ ਆ ਆਪਣੀ ਜ਼ਿੰਦਗੀ ਵਾਸਤੇ, ਹਾਂਜੀ। ਸੋ ਕਿਤੇ ਵੀ ਜਿਹੜਾ ਹੈ ਅੰਡਰਮਾਈਨ ਨਾ ਕਰਨਾ, ਵੀ ਇਹ ਤਾਂ ਭਾਈ ਗੁਰਦਾਸ ਨੇ ਲਿਖਿਆ ਕਿਹੜੀ ਗੁਰਬਾਣੀ, ਬਟ ਜਿੰਨੀਆਂ ਵੀ ਆਪਾਂ ਹੁਣ ਤੱਕ ਪੌੜੀਆਂ ਕੀਤੀਆਂ ਐਗਜੈਕਟਲੀ ਵਰਡ ਬਾਏ ਵਰਡ ਗੁਰਬਾਣੀ ਵਿੱਚ ਆਉਂਦਾ, ਵਰਡ ਬਾਏ ਵਰਡ, ਹਾਂਜੀ। ਓਕੇ, ਲਿਵ ਲਾਗੇ ਤਿਸ ਤੋਤੇ ਹੋ ਨਿਤ ਪੜ੍ਹਾਏ ਕਰੇ ਅਸੋਤਾ, ਪਤਤ ਉਧਾਰਨ ਰਾਮ ਨਾਮ ਗੁਰਮਤ ਪਾਪ ਕਲੇਵਰ ਧੋਤਾ, ਸੋਆ ਪੜਾਵਤ ਗਣਕਾ ਤਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।